ਚੱਲ ਕੋਈ ਗੱਲ ਨੀ, ਪਿਆਰ ਨਾਲ ਜੋ ਵੱਡੇ ਹੈਗੇ ਜੋ ਮਰਜ਼ੀ ਕਹਿ ਸਕਦੇ ਆ। ਬਹਿਣ ਇੱਕ ਗੱਲ ਦੱਸਾਂ, ਓਨੀ ਛੇਤੀ ਖਿਚੜੀ ਮਿਕਸ ਨੀ ਹੁੰਦੀ ਜਿੰਨੀ ਛੇਤੀ ਤੁਸੀਂ ਮਿਕਸ ਹੁੰਦੀਆਂ ਜੇ। ਹੋਰ ਸੁਣਾ ਮੰਜੂ, ਕੀ ਹਾਲ ਚਾਲ ਹੈ? ਠੀਕ ਹੈ, ਤੁਸੀਂ ਫੇਰ ਲਾਵੀ ਗੱਲ ਨਾ ਹਟਣਾ। ਮੈਂ ਤੇ ਵੈਸੇ ਗੱਲ ਕੀਤੀ ਹੈ, ਵੈਸੇ ਗੱਲ ਕੀਤੀ। ਦੱਸ ਜੇ ਮੈਂ ਆਈ ਹੋਈ ਹੂੰ, ਨਾ ਕੋਈ ਪਾਣੀ, ਨਾ ਕੋਈ ਧਾਣੀ, ਨਾ ਕੋਈ ਚਾਹ। ਆ ਜਾ ਬੈਠ ਜਾ ਸਵੀਰ ਭੈਣ ਜੀ, ਵੇਖੋ ਬਸ ਹੁਣ ਚਾਹ ਤੁਹਾਨੂੰ ਸਰਵ ਹੀ। ਵਾਹ ਭੈਣ ਜੀ, ਕਿਸ ਚਲ ਬੇਟਾ ਤੂੰ ਤੇ ਕਰਨੀ ਕਰਨੀ ਭੈਣ ਜੀ ਦਾ, ਮੈਨੂੰ ਕੋਈ ਸਮਝ ਹੀ ਨਹੀਂ ਲੱਗਦੀ। ਹੋਰ ਠੀਕ ਹੋ ਤੁਸੀਂ? ਮੈਨੂੰ ਕੀ ਹੋਣਾ? ਨਹੀਂ ਨਹੀਂ ਚਲ, ਬੜੀ ਬਾਬੇ ਦੀ ਕਿਰਪਾ, ਆ ਵੇਖ ਤੇਰੇ ਸਾਹਮਣੇ ਤੰਦਰੁਸਤ। ਪਾਣੀ ਪੂਣੀ ਦੇ ਆਪਣੀ ਸੱਸ ਨੂੰ, ਤੂੰ ਚਾਹ ਧਰੀ ਆ ਆਪਣੀ ਸੱਸ ਵਾਸਤੇ, ਆਂਦੇ ਗਰਮ ਕਰਨਾ ਪਹਿਲਾਂ ਪਾਣੀ ਦੀ ਧਾਣੀ ਤਾਂ ਪੁੱਛ ਲਓ ਮੈਨੂੰ। ਤੇ ਮੈਂ ਜਸਵੀਰ ਤੈਨੂੰ ਫੋਨ ਕਰਦੀ ਰਹੀ, ਤੂੰ ਫੋਨ ਨੀ ਚੁੱਕਿਆ ਮੇਰਾ। ਅੱਛਾ ਹਾਂ, ਮੈਨੂੰ ਫੋਨ ਕੀਤਾ ਸੀ? ਹਾਂ ਦੇਖੋ, ਮਿਸ ਕਾਲਾਂ ਤੁਹਾਨੂੰ ਆਈਆਂ ਨੇ, ਪਤਾ ਨਹੀਂ ਲੱਗਾ ਤੁਹਾਨੂੰ। ਅੱਛਾ, ਅੱਜ ਤੂੰ ਵਾਪਸ ਆਣਾ ਸੀ, ਮੈਨੂੰ ਫੋਨ ਕੀਤਾ ਸੀ? ਪਹਿਲਾਂ ਨਹੀਂ ਕੀਤਾ? ਪਹਿਲਾਂ ਤੁਹਾਨੂੰ ਪਰਸੋਂ ਰਾਤੀ ਵੀ ਕੀਤਾ ਸੀ ਫੋਨ। ਝਾਈ ਜੀ ਦੱਸੋ। ਆਹੋ ਕੀਤਾ ਸੀ। ਹਾਂ ਝਾਈ ਜੀ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹੀ ਸੀ। ਗੱਲਬਾਤ ਹੋਈ ਹੈ ਤੇ ਤੁਸੀਂ ਫੋਨ ਹੀ ਨਹੀਂ ਚੁੱਕਿਆ ਮੇਰਾ। ਤੂੰ ਸੁੱਤੀ ਹੋਈ ਸੀ, ਮੈਂ ਤਾਂ ਨਹੀਂ ਵਿੱਚ ਉਠਾਇਆ। ਹੋਰ ਭਾਜੀ ਠੀਕ ਹੈ? ਤੇਰੇ ਫੋਨ ਵਾਰੀ ਮੇਰਾ ਫੋਨ ਖਰਾਬ ਹੋ ਗਿਆ। ਖਰਾਬ ਨਹੀਂ ਹੈ, ਮਿਸ ਕਾਲ ਆਈਆਂ ਆਈਆਂ ਠੀਕ ਹੈ, ਤੂੰ ਚੁੱਕਿਆ ਨਹੀਂ। ਝਾਈ ਨੂੰ ਵੀ ਤੂੰ ਫੋਨ ਕੀਤਾ? ਹਾਂਜੀ। ਇਹਨਾਂ ਨੂੰ ਫੋਨ ਕੀਤਾ ਤੇ ਮੈਨੂੰ ਨੀ? ਅੱਜ ਤੂੰ ਆਪਣੀ ਜ਼ਰੂਰਤ ਨੂੰ ਕੀਤਾ ਕਿਉਂਕਿ ਤੂੰ ਘਰੇ ਆਣ ਡਈ ਆ। ਮੈਂ ਤੁਹਾਨੂੰ ਕੰਨੀ ਤੇ ਪਈ ਆ, ਮੈਂ ਪਰਸੋਂ ਰਾਤੀ ਵੀ ਤੁਹਾਨੂੰ ਫੋਨ ਕੀਤਾ ਤੇ ਚੁੱਕਿਆ ਨਹੀਂ ਤੁਸੀਂ। ਭੈਣਾ ਸਿਲੰਡਰ ਇਸ ਮਹੀਨੇ ਮੈਂ ਲਿਆਂਦਾ ਈ, ਐਵੇਂ ਨਾ ਫੁੱਕੀ ਜਾ ਕੇ ਚਾਹ ਲੈ ਕੇ ਆ। ਭੈਣ ਜੀ ਨਾ ਕਰਿਆ ਕਰੋ ਇੰਨੀਆਂ ਕੰਜੂਸੀਆਂ। ਚਲੋ ਨਹੀਂ ਚੰਗਾ ਲੱਗਦਾ ਕੰਜੂਸੀਆਂ ਦੇ ਨਾਲ, ਨਹੀਂ ਚੰਗਾ ਲੱਗਦਾ। ਕਿਉਂ ਇੰਨੀਆਂ ਕੰਜੂਸੀਆਂ ਕਰਦੇ ਹੋ? ਮੈਂ ਨਾ ਚਾਹ ਲੈ ਕੇ ਆਨੀ ਆ। ਪਿੱਛੋਂ ਤੇ ਇੰਨਾ ਸਹੀ ਰਹੇ ਆ, ਬਹੁਤ ਵਧੀਆ ਰਹੇ ਤੇ ਮੇਰੇ ਨਾਲ ਹੀ ਆਣ ਨਾਲ ਡਰਾਮੇ ਕਰਨੇ ਸੀ ਤੇਰੇ ਨਾਲ। ਮੰਮੀ ਤੁਹਾਡੇ ਦੋਵਾਂ ਦਾ ਤੇ ਚੱਲਦੇ ਰਹਿੰਦਾ, ਮੈਂ ਚਾਹ ਲੈ ਕੇ ਆਨੀ ਆ, ਤੁਸੀਂ ਲੜੋ, ਮਤਲਬ ਤੁਸੀਂ ਆਪਸ ਚ ਗੱਲ ਕਰੋ। ਮੈਂ ਕੀ ਗੱਪ ਚ, ਤੁਸੀਂ ਆਂਦੇ ਲੜਨ ਲੱਗ ਪਿਓ। ਭੈਣ ਜੀ ਦੱਸੋ ਕੋਈ ਗੱਲ ਹੋਈ ਜੇ? ਚਲ ਚਾਹ ਪੀ ਲੈ ਫਿਰ ਲੜਦੇ। ਅਦਮ ਲੜਨਾ ਹੈ, ਗੱਲ ਨਹੀਂ ਕਰਨੀ ਕੋਈ ਆਰਾਮ ਨਾਲ। ਕੋਈ ਨਹੀਂ ਗੱਲ ਕਰਦੇ ਭੈਣਾ। ਤੁਸੀਂ ਮਨਿਆ ਤੇ ਪੁੱਛੋ, ਤੂੰ ਪੇਕੇ ਗਈ ਸੀ, ਤੇਰੀ ਮੰਮੀ ਨੇ ਤੈਨੂੰ ਕਿਉਂ ਸੱਦਿਆ ਵਾ, ਕਿੱਦਾਂ ਸੱਦਿਆ ਵਾ, ਕੀ ਹੋਇਆ ਵਾ? ਉਹ ਤੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ। ਕਿਉਂ? ਉਹ ਮੈਨੂੰ ਪਤਾ ਲੱਗ ਗਿਆ ਵੀ ਤੂੰ ਕਿਉਂ ਗਈ ਸੀ ਪੇਕੇ। ਭੈਣ ਜੀ ਤੁਹਾਨੂੰ ਨਹੀਂ ਪਤਾ ਹੈਗਾ, ਮੇਰੇ ਭਤੀਜੇ ਨੂੰ ਨੌਕਰੀ ਮਿਲ ਗਈ ਹੈ। ਉਹ ਤੇ ਗੱਲ ਹੈ, ਮੈਨੂੰ ਹੀ ਨਹੀਂ ਪਤਾ, ਸਾਰਾ ਕੋਈ ਤਾਂ ਤੁਹਾਨੂੰ ਨੂੰਹ ਸੱਸ ਨੂੰ ਪਤਾ। ਚਾਹ ਪੀ ਲਓ, ਬਾਅਦ 'ਚ ਮੇਰਾ ਨਾਂ ਲਾਓਗੀਆਂ ਕਿ ਚਾਹ ਵੀ ਨਹੀਂ ਸਾਨੂੰ ਪੀਣ ਦਿੱਤੀ। ਚਾਹ ਨੂੰ ਆਏ ਪੁੱਛਦੇ ਲਵੋ, ਮੈਂ ਗਈ ਕਿਉਂ ਸੀ ਪੇਕੇ? ਉਹ ਮੈਨੂੰ, ਮੈਂ ਤੈਨੂੰ ਦੱਸਿਆ ਕਿ ਮੈਨੂੰ ਪਤਾ ਹੈ। ਚਲੋ ਠੀਕ ਹੈ, ਤੁਹਾਨੂੰ ਸਭ ਕੁਝ ਪਤਾ ਹੀ ਮੈਨੂੰ ਪਤਾ। ਸੱਚੀ ਚਾਹੀ 24 ਘੰਟੇ ਲੜਾਈ ਦੇ ਮੂਡ 'ਚ ਲੜਾਈ, ਮੈਂ ਆ ਕੇ ਬੈਠੀ ਹੋਈ ਤੇ ਫਿਰ ਲੜਨ ਲੱਗ ਪਈ ਮੇਰੇ ਨਾਲ। ਹੈ ਕੋਈ ਹਾਲ ਇਹਨਾਂ ਦਾ? ਸੂਟ ਹੈ ਕਿੱਥੋਂ ਆਏ ਆ? ਇੱਦਾਂ ਮਤਲਬ ਭੈਣ ਜੀ ਨਵੇਂ ਲੈ ਕੇ ਨਾ, ਲੁਕ ਰੱਖਣ ਦਾ ਨਾ ਯਾਦ ਭੁੱਲ ਗਿਆ ਇਹਨਾਂ ਨੂੰ। ਮੈਂ ਆ ਜਾਓ ਗਈ ਹਾਂ ਫਟਾਫਟ, ਚਾਹ ਜੋ ਬਣਾ ਲਈ ਭੈਣ ਜੀ।
ਆ ਕੱਪੜੇ ਨਵੇਂ ਲਿਆਂਦੇ ਜੇ? ਤੈਨੂੰ ਪਤਾ ਹੋਊਗਾ। ਮੈਨੂੰ ਕੀ ਪਤਾ, ਮੈਂ ਤਾਂ ਹੁਣ ਦੇਖਿਆ, ਮੈਂ ਤਾਂ ਹੁਣ ਆਈ ਹਾਂ। ਮੰਜੂ, ਹਾਂਜੀ, ਬਹੁਤੀ ਨਾ ਕੀ ਨਾ ਬਣਾ, ਚਾਤਰ ਨਾ ਬਣ ਤੇਰੇ, ਮੈਂ ਦੱਸ। ਉਹ ਕਿਉਂ, ਮੈਂ ਤਾਂ ਹੁਣ ਦੇਖਿਆ ਸੂਟ, ਮੈਨੂੰ ਤਾਂ ਪਤਾ ਵੀ ਨਹੀਂ ਗਾ। ਮੈਂ ਕਿਹਾ ਭੈਣ ਜੀ ਲੈ ਕੇ, ਤੁਸੀਂ ਰੱਖਣਾ ਭੁੱਲ ਗਿਆ ਨਾ, ਹੁਣ ਉੱਪਰੋਂ ਦੀ ਮੈਨੂੰ ਪੈਣ ਡੇ। ਤੇਰਾ ਕੀ ਮਤਲਬ ਹੈ ਕਿ ਮੈਂ ਲੈ ਕੇ ਆਈ ਆ ਸੂਟ? ਤੁਸੀਂ ਲਿਆਇਓ ਤੇ ਉੱਪਰੋਂ ਦੀ ਮੈਨੂੰ ਪੈਣ ਡੇ ਹੋ ਤੁਸੀਂ। ਚਾਤਰ ਨਾ ਬਣੋ, ਕੀ ਲਿਆ ਬਣੀ ਆ? ਨਹੀਂ, ਇਹ ਤਾਂ ਸੂਟ ਤੂੰ ਲਿਆ ਕੇ ਦਿੱਤੇ ਝਾਈ ਨੂੰ, ਆਪਣੀ ਨੂੰਹ ਨੂੰ, ਆਪਣੀ ਸੱਸ ਨੂੰ। ਮੈਂ ਕੀ ਲੜਨ ਡਈ ਆ ਜੇ? ਝਾਈ ਤੂੰ ਚੁੱਪ ਕਰ, ਹਜੇ ਨਾ ਬੋਲੀ, ਹਜੇ ਨਾ ਬੋਲੀ, ਬਸ ਕਰ ਜਾ। ਬਥੇਰਾ ਤੂੰ ਜੋ ਸਾਨੂੰ ਚੁੱਪ ਕਰਵਾਉਂਦੀ ਰਹੀ ਆ। ਮੈਂ ਤੇ ਸੂਟ ਲਿਆਂਦੇ ਨਹੀਂ ਭੈਣ ਜੀ, ਤੁਸੀਂ ਮੈਨੂੰ ਸੂਟਾਂ ਪਿੱਛੇ ਕਿਰਨ, ਗੱਲ ਕੁਛ ਵੀ ਨਹੀਂ ਹੋਈ। ਮੈਂ ਨਾ ਸੂਟ ਦੇਖੇ, ਮੈਂ ਕਿਹਾ ਭਾਈ ਇਹ ਲੈ ਕੇ ਆਏ ਹੋਣੇ ਸੂਟ, ਤੇ ਪਤਾ ਨਹੀਂ ਢਿੱਡ 'ਚ ਕੀ ਵੇਰਵਾਂ, ਤੇ ਮੈਂ ਕਿਹਾ ਤੁਸੀਂ ਲੈ ਕੇ ਆਏ ਹੋ ਸੂਟ। ਕਹਿੰਦੀ ਮੈਂ ਤੇ ਲਿਆ ਨਹੀਂ, ਤੂੰ ਬਹੁਤੀ ਚਾਤਰ ਬਣਦੀ ਪਈ ਆ, ਤੈਨੂੰ ਸਭ ਕੁਛ ਪਤਾ ਵਾ। ਇੱਕ ਮਿੰਟ, ਮੈਨੂੰ ਤਾਂ ਕੁਛ ਵੀ ਨਹੀਂ ਪਤਾ ਹੈਗਾ ਚੀਜ਼ ਦਾ। ਤੂੰ ਪੇਕੇ ਕਹਿਣ ਦੀ ਨਾ, ਤੁਹਾਨੂੰ ਪਤਾ ਮੈਂ ਕਿਉਂ ਗਈ? ਹਾਂ, ਤੂੰ ਪੇਕੇ ਐਸ ਕਰਕੇ ਗਈ ਕਾਹਦੇ ਵਾਸਤੇ? ਮੇਰੀ ਤੇ ਪਹਿਲਾਂ ਸੁਣ ਲਾ ਆਪਣੀ ਸੁਣਾਈ। ਤੂੰ ਪੇਕੇ ਐਸ ਕਰਕੇ ਤੂੰ ਸੁਣਾਉਂਦੀ ਰਹਿ 24 ਘੰਟੇ ਉੱਥੇ ਜਾ ਕੇ ਤੂੰ ਸਕੀਮ ਆਪਣਾ ਰੋਬ ਕੀ ਸਕੀਮ ਕੱਢੀ ਆ? ਸਕੀਮ ਕੱਢੀ ਆ, ਮਾਸੀ ਦੇ ਪੋਤਰੇ ਦਾ ਵਿਆਹ ਆ, ਆਹੋ ਚੁੱਪ ਕਰਕੇ ਸੱਸ ਨੂੰ ਹੱਥਾਂ 'ਚ ਪਾ ਕੇ, ਨੂੰਹ ਨੂੰ ਹੱਥਾਂ 'ਚ ਪਾ ਕੇ ਤੇ ਬਾਜ਼ਾਰ ਉੱਥੇ ਭੇਜਤਾ। ਉਹ ਮੇਰੇ ਹੱਥੀ ਪੈ ਗਿਆ, ਅੱਜ ਤੱਕ ਤੂੰ ਤੇ ਮੇਰੇ ਚੜੀ ਨਹੀਂ, ਤੂੰ ਮੈਨੂੰ ਪਾਇਆ ਹੀ ਨਹੀਂ। ਕਿਸ ਤਰ੍ਹਾਂ ਪਾਵਾਂ? 24 ਘੰਟੇ ਤੂੰ ਲੜਦੀ ਰਹਿਣੀ ਆ ਲੜਦੀ ਰਹਿਣੀ ਆ। ਕੀ ਮੈਂ ਛੁਰੀ ਚ ਰਹੀ? ਮੈਨੂੰ ਤਾਂ ਪਤਾ ਵੀ ਨਹੀਂ ਗਾ ਚਾਈ ਜੀ, ਮੈਨੂੰ ਪਤਾ ਹੈਗਾ ਕਿਸੇ ਚੀਜ਼ ਦਾ? ਚਾਈ ਨੇ ਵੀ ਤੇਰੀ ਬੋਲੀ ਬੋਲਣੀ ਤੇ ਮੇਰੀ। ਮੈਨੂੰ ਤੂੰ ਲਿਆਂਦੇ ਸੂਟ ਐਲੇ? ਤੂੰ ਚੁੱਪ ਕਰਨੀ, ਚੁੱਪ ਕਰਨੀ, ਮੇਰੀ ਗੱਲ ਸੁਣ। ਮੈਨੂੰ ਫੇਰ ਪਿੱਛੇ ਪਾਤਾ ਨਾ ਕਿਹਦੇ ਵੱਲੋਂ? ਜੇ ਤੂੰ ਇਹੋ ਕੁਛ ਹੀ ਕਰਨਾ ਸੀ ਮੈਨੂੰ ਕਹਿੰਦੀ, ਮੈਨੂੰ ਤਾਂ ਤੂੰ ਕਹਿੰਦੀ ਆਪਾਂ ਹਿੱਸੇ ਪਾਣੇ ਹੀ ਨਹੀਂ, ਆਪਾਂ ਦੇਣਾ ਹੀ ਨਹੀਂ। ਮੈਂ ਮਰਜ਼ੀ ਹਜੇ ਵੀ ਨਹੀਂ ਪਤਾ ਹੈਗਾ। ਬਸ ਕਰ ਜਾ, ਅਖੇ ਝਾਈ ਦਾ ਆਪਣਾ ਮਿਲ ਵਰਤਨ ਆ ਹੈ। ਤੂੰ ਚੁੱਪ ਕਰਕੇ ਆਪਣੀ ਨੂੰਹ ਨੂੰ ਤੇ ਸੱਸ ਨੂੰ ਫੋਨ ਕੀਤਾ, ਆਪ ਤੂੰ ਐਂ ਨਿਕਲ ਗਈ ਇੱਥੋਂ ਜਿਸ ਤਰ੍ਹਾਂ ਤੈਨੂੰ ਕਹੇ। ਭੈਣ ਮੇਰੀ, ਮੇਰੇ ਭਤੀਜੇ ਨੂੰ ਨੌਕਰੀ ਮਿਲੀ, ਮੈਂ ਉਹਦੇ ਮੰਦੇ ਸੂਟਾਂ ਦਾ ਤੇ ਪਤਾ ਵੀ ਨਹੀਂ। ਚੱਲ ਮੈਨੂੰ ਪਤਾ, ਮੈਨੂੰ ਸਿਖਾ ਨਾ ਕਿ ਤੂੰ ਕਿਸ ਤਰ੍ਹਾਂ ਪੇਕੇ ਗਈ ਆ। ਇੱਥੋਂ ਸਾਰੀ ਸਕੀਮ ਤੁਸੀਂ ਤਿੰਨਾਂ ਜਾਣੀਆਂ ਨੇ ਕੱਢੀ, ਤਿੰਨਾਂ ਜਾਣੀਆਂ ਨੇ, ਤਿੰਨਾਂ ਨੇ ਸਕੀਮ ਕੱਢੀ ਕਿ ਮੈਂ ਜਾਣੀ ਆ ਪੇਕੇ, ਉੱਥੇ ਜਾ ਕੇ ਮੈਂ ਬੰਦੀ ਚਾਤਰ ਤੇ ਝਾਈ ਦੀ ਨਜ਼ਰਾਂ 'ਚ ਮੈਂ ਚੰਗੀ, ਮਾਸੀ ਦੀ ਨਜ਼ਰਾਂ 'ਚ ਮੈਂ ਚੰਗੀ, ਆਹ ਸਾਰੀ ਸ਼ੋਪਿੰਗ ਕਰਵਾ ਦੇਵਾਂ ਤੇ ਮੈਂ ਤਾਂ ਕਹੂੰਗੀ ਕਿ ਵੱਡੀ ਨੇ ਤਾਂ ਕੋਈ ਹਿੱਸਾ ਹੀ ਨਹੀਂ ਪਾਇਆ। ਮਾਸੀ ਜੀ ਉਹ ਤਾਂ ਚਾਹੁੰਦੀ ਸੀ ਕਿ ਵਿਆਹ 'ਚ ਆਵੇ ਨਾ, ਹੁਣ ਤੂੰ ਜੋ ਮਰਜ਼ੀ ਲੱਗੇ ਬਾਕੀ ਤੂੰ ਕਰਨੀ ਨਾ। ਭੈਣ ਜੀ ਮੇਰੀ ਇੱਕ ਗੱਲ ਸੁਣੋ, ਇੱਕ ਮਿੰਟ ਝਾਈ, ਤੂੰ ਵੀ ਤੂੰ ਬਹੁਤ ਬੋਲ ਬੈਠੀ ਆ ਤੇ ਬੋਲਣਾ, ਚਬੜ 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 ਲਾਈ ਹੋਈ ਹੋ। ਬਕਵਾਸ ਵੇ ਕਿਸ ਤਰ੍ਹਾਂ ਕਰਨ ਡਈ? ਕਿੱਲੇ ਖਲਾਈ ਆ ਜਵਾਨ, ਤੁਸੀਂ ਖਲਾਈ ਜੇ ਕਾਦੀ ਜਵਾਨ? ਮੈਂ ਤੇ ਹੋਰ ਕਾਦੀ, ਇੱਕ ਮੇਰੀ ਕੁੜੀ ਤੁਸੀਂ ਕਹਿੰਦੇ ਉਹ ਲੈ ਕੇ ਆਈ, ਉਹਨੂੰ ਤੇ ਮੈਂ ਬਾਅਦ ਚੋਂ ਪੁੱਛਦੀ ਆ ਨਾ, ਅਰੇ ਕੋਈ ਜ਼ਿਆਦਾ ਆਰਾਮ ਦੀ ਕਮਾਈ ਆਈ ਆ। ਜਦੋਂ ਝਾਈ ਸਾਡੇ ਕੋਲ ਟੁੱਟਾ ਜਿਹਾ ਸਕੂਟਰ ਹੁੰਦਾ ਸੀ ਹੈ, ਤੇ ਉਦੋਂ ਤੇ ਮੈਂ ਆਪਣੀ ਜ਼ਿੰਦਗੀ ਆਪ ਜੀਣ ਲੱਗੇ ਆ ਹੈ। ਮਸੀਹ ਜਦੋਂ ਪਰਮਾਤਮਾ ਨੇ ਸਾਡੀ ਸੁਣੀ ਆ ਝਾਈ, ਤੇ ਜੀਣ ਦੇਵੇਂਗੀ ਤੇ ਜੀਵਾਂਗੀ। ਤੂੰ ਤਾਂ ਸੜਦੀ ਆ, ਹਾਏ ਨਿੱਕੀ ਲੜਨ ਦੇ, ਅੰਨਿਆ ਸੜਦੀ ਆ, ਤੂੰ ਕੋਈ ਆਦੀ ਨਹੀਂ। ਰਿਸ਼ਤੇਦਾਰ ਚ ਬਦਨਾਮ ਤਾਂ ਮੈਨੂੰ ਕਰਤਾ ਨਾ ਤੂੰ? ਕੀ ਕੀਤਾ ਝਾਈ ਜੀ? ਜਦੋਂ ਸਕੂਟਰ ਹੁੰਦਾ ਸੀ ਨਾ, ਇੱਕ ਵਾਰੀ ਪਾਪੇ ਕੋਲ ਮੰਗਿਆ ਸੀ ਕਿ ਸਾਨੂੰ ਸਕੂਟਰ ਦਾ ਦੋ, ਅਸੀਂ ਜਾਣਾ ਵਾ। ਉਸੇ ਵੇਲੇ 15 ਮਿੰਟਾਂ ਬਾਅਦ ਉਹ ਚਾਬੀ ਮੰਗਵਾ ਲਈ ਸੀ ਕਿ ਅਸੀਂ ਵੀ ਕਿਤੇ ਜਾਣਾ ਵਾ। ਅਸੀਂ ਹੈ ਹੋਰ ਕੀ, ਪਾਪਾ ਕਹਿੰਦਾ ਸਕੂਟਰ 'ਚ ਪੈਟਰੋਲ ਪਵਾਉਂਦੇ ਨਹੀਂ, ਜਦੋਂ ਮੈਂ ਪੈਟਰੋਲ ਪਵਾਉਣਾ ਲੈ ਜਾਂਦੇ ਝਾਈ ਕਿਸੇ ਵੇਲੇ ਨਹੀਂ ਬੰਦੇ ਕੋਲ ਉਦੋਂ ਸਾਡਾ। ਹੁਣ ਤੂੰ 10 ਗੱਡੀਆਂ ਜਾਂ 10 ਗੱਡੀਆਂ 'ਚ ਤੇਲ ਪਵਾ, ਸੜੀ ਦਾ ਨਹੀਂ ਹੁੰਦਾ, ਰੀਸ ਕਰੀ ਦੀ ਹੁੰਦੀ ਆ। ਅੱਜ ਮੇਰੀ ਨੂੰਹ ਤੀ ਆਈ ਤੂੰ ਪੰਜਾਬ, ਮੈਨੂੰ ਕੀ ਪਤਾ ਤੂੰ ਸਿਖਾ ਕੇ ਨੂੰ ਮੇਰੀ ਨੂੰਹ ਨੂੰ ਭੇਜ ਦਿੱਤਾ ਹੋਵੇ, ਜਾਂ ਤੇਰੀ ਮਾਂ ਗਈ ਹੋ ਤੇ ਸਮਾਨ ਲੈ ਆ ਜਾ ਕੇ ਨਾ। ਅਸਲ 'ਚ ਰਿਸ਼ਤੇਦਾਰਾਂ ਕੋ ਬੱਲੇ ਬੱਲੇ ਚਾਹ, ਮੈਂ ਨਹੀਂ ਕਰਾਉਂਦੀ ਕੋਈ ਬੱਲੇ ਬੱਲੇ, ਮੈਂ ਕੀ ਕਰਾਉਣੀ ਆ? ਮੇਰੇ ਪਿੱਛੋਂ ਝਾਈ ਇੰਨੇ ਸਿਖਾਇਆ ਮੇਰੀ ਨੂੰਹ ਨੂੰ, ਦੂਜਾ ਮਾਂ ਤੇਰੀ ਗਈ ਹੋਈ ਹੋ ਤੂੰ ਸਮਾਨ ਲੈ ਆ ਜਾ ਕੇ। ਪੁੱਛ ਲਾ ਤੇਰੀ ਨੂੰਹ ਤਾਂ ਮੇਰੇ ਕੋਲ ਵੀ ਨਹੀਂ ਬੈਠੀ। ਕਿਉਂ ਨਹੀਂ ਬੈਠੀ? ਕੀ ਬੈਠ ਪੁੱਛਣਾ ਮੈਨੂੰ, ਇਹ ਸਭ ਤੋਂ ਜ਼ਿਆਦਾ ਪ੍ਰਧਾਨ ਬਣੀ ਫਿਰਦੀ ਵੀ, ਪ੍ਰਧਾਨ ਹੀ ਆ ਜਿਹੜੇ ਸਮਾਨ ਲਾਈ ਆ।
ਪੁੱਛ ਲਾ ਕੰਮ ਕੋਈ ਕਰਦੀ ਹੋਵੇ, ਪੁੱਛ ਉਹਨੂੰ ਕੰਮ ਕਰਦੀ ਆ। ਮੈਨੂੰ ਕੰਮ ਕੁੰਮ ਨਾਲ ਹੁਣ ਤੇ 8-10 ਹਜ਼ਾਰ ਰੁਪਇਆ ਲਾ ਹੀ ਗਿਆ ਨਾ, ਇਹਨੂੰ ਚਾਹੀ ਮੈਂ ਆ ਹੀ ਜਾਣਾ ਸੀ ਘਰ, ਅਧਰੋਂ ਵੀ ਮੈਨੂੰ ਬੁਰਿਆ ਬਣਾਤਾ, ਇਹਨੂੰ ਮਤਲਬ ਵੀ ਤੂੰ ਬੁਰਿਆ ਬਣਾਤਾ ਈ, ਵਿਆਹ ਇਹਨੂੰ ਹੀ ਖੜੀ, ਮੈਂ ਨਹੀਂ ਉਹ ਜਾਣਾ, ਚਾਹ ਜਾਈ ਮੈਂ ਚਲੀ ਜਾਵਾਂ ਰਹਿਣ ਦੇ ਇਹਨੂੰ। ਹੋ ਹੋ ਬਸ ਕਰੋ, ਦੋਵੇਂ ਜਾਣੇ ਚੁੱਪ ਕਰ ਜਾਓ, ਮੈਂ ਤੁਹਾਡੇ ਅੱਗੇ ਹੱਥ ਜੋੜੇ, ਨਾ ਮੰਮੀ ਇਹਨਾਂ ਨੂੰ ਪਤਾ ਸੀ ਤੇ ਨਾ ਵੱਡੀ ਮੰਮੀ ਇਹਨਾਂ ਨੂੰ ਪਤਾ ਸੀ, ਇਹ ਸਾਰਾ ਕੁਝ ਮੈਂ ਆਪ ਲੈ ਕੇ ਆਉਂਦਾ ਦੇ ਵਿੱਚ, ਇਹਨੂੰ ਪਤਾ ਹੋਊਗਾ ਕਿ ਇਹਨੂੰ ਪਤਾ ਹੋਊਗਾ ਚੋਰੀਆਂ ਕਮਾਣੀਆਂ ਬੁਰੀਆਂ ਤੇ ਮੈਨੂੰ ਬਣਾਤਾ ਨਾ, ਹੈਨਾ ਚੋਰੀਆਂ ਤੂੰ ਵੀ ਇਹ ਕਮਾਣੀਆਂ ਸਿੱਖ ਗਈ, ਤੈਨੂੰ ਮੈਂ ਦੱਸਾਂ, ਹੱਥ ਜੋੜੇ ਲੜੀ ਜਾ। ਆਹੋ ਤੇ ਲੜਨਾ ਹੈ ਨਾਲੇ, ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ ਇਹ ਕਿੱਥੋਂ ਆਇਆ ਸਮਾਨ, ਇਹ ਲਿਪਸਟਿੰਗਾਂ ਕਿੱਥੋਂ ਆਈਆਂ ਜੇ, ਲੈ 1-2-3-4 ਲਿਪਸਟਿੰਗਾਂ ਲੈ ਕੇ ਆਇਓ, ਭੈਣਾ ਦੁਕਾਨ ਤੇ ਜਾ ਕੇ ਰੰਗ ਲਾ ਲਾ ਕੇ ਵੇਖੇ ਸੀ, ਮੇਰੀ ਗੱਲ ਸੁਣ, ਤੇ ਮੇਰੇ ਵਾਸਤੇ ਵੀ ਲੈਣੀ, ਮੇਰੇ ਕੋਲ ਪਈ ਹੋਈ ਹੈ ਕੋਈ ਵੀ, ਤੁਸੀਂ ਜੋ ਤੂੰ ਲੈ ਕੇ ਮੈਨੂੰ ਪੁੱਛਦੀ ਆ, ਪਿਛਲੇ ਮੈਂ ਤੁਹਾਡੇ ਸੇ 2 ਲੈ ਕੇ ਆਈ, ਤੁਸੀਂ ਕਿਹਾ ਮੈਂ ਕਿਹਾ ਮੈਨੂੰ ਨਾ ਮਰੂਨ ਕਲਰ ਬਹੁਤ ਵਧੀਆ ਲੱਗਦਾ, ਤੂੰ ਕਿਹਾ ਮੰਜੂ ਟੈਨਸ਼ਨ ਨਾ ਲੈ ਇਹ ਮੈਨੂੰ ਦੇ ਦੇ, ਤੇਰੇ ਵਾਸਤੇ ਮੈਂ ਮਰੂਨ ਲੈ ਆਵਾਂਗੀ, ਲਿਪਸਟਿਕ ਵਾਸਤੇ ਤੇਰੇ ਕੋਲ ਪੈਸੇ ਹੈ ਨਹੀਂ, ਆ ਚੋਰੀਆਂ ਕੋ ਕਰ ਕਰਕੇ ਭੈਣ ਮੇਰੀ ਆ, ਮੈਂ ਤੇਰੇ ਅੱਗੇ ਜੋੜਦੀ ਹੱਥ, ਤੂੰ 24 ਘੰਟੇ ਚਾਈ ਕਿੰਨਾ ਰਿਸ਼ਤਾ ਕਰਾਏ, ਬੁਲਾ ਹੀ ਚੁੱਕ ਲਿਆਈ ਆ, ਜਦੋਂ ਦੀ ਇਸ ਘਰ ਚਾਈ ਸਾਰੇ ਘਰ ਨੂੰ ਬੁਲਾ ਹੀ ਚੁੱਕ ਲਿਆਈ ਆ, ਤੂੰ ਹੀ ਵੱਖ ਕਰ, ਜਦੋਂ ਦੀ ਚਾਈ ਜਦੋਂ ਦੀ ਗੱਡੀ ਲਿਆਂਦੀ ਹੋਈ ਆ ਨਾ, ਇਹਨੂੰ ਸਾੜ ਹੀ ਪਿਆ ਆ, ਹਾਏ ਸਾੜ, ਮੇਰੀ ਗੱਲ ਸੁਣ, ਪੋਤਰੇ ਦੀ ਨੂੰਹ ਤੇਰੀ ਹੋਈ ਹੈ, ਤੈਨੂੰ ਸਭ ਕੁਛ ਪੁੱਛਦੀ ਹੈ, ਚਾਹੇ ਉਹ ਵੀ ਟਾਈਮ ਯਾਦ ਕਰ ਜਿਹੜੇ ਤੇ ਸਾਡੇ ਤੇ ਟਾਈਮ ਹੈਗਾ ਸੀ, ਇੱਕ ਸਕੂਟਰ ਹੀ ਹੈਗਾ ਸੀ ਨਾ, ਉਹ ਵੀ ਚੋਪੜਾ ਜੀ ਨੇ ਵੇਚ ਦਿੱਤਾ ਸੀ ਜਦੋਂ ਸਾਡਾ ਵਿਆਹ ਹੋਇਆ, ਭੈਣ ਜੀ ਕੋਲ ਤਾਂ ਸਭ ਕੁਛ ਹੈਗਾ ਸੀ, ਭਾਵੇਂ ਭੈਣ ਜੀ ਕਿਰਾਏ 'ਤੇ ਰਹਿੰਦੇ ਸੀ, ਉਹਨਾਂ ਕੋਲ ਹਰ ਇੱਕ ਚੀਜ਼ ਹੈਗੀ ਸੀ, ਉਹਨਾਂ ਕੋਲ ਚੈਨੀ ਸੈੱਟ ਭਾਵੇਂ ਥੋੜ੍ਹਾ ਸੀ ਬਹੁਤਾ ਸੀ ਹੈਗਾ, ਅਤੇ ਇਹਨੇ ਮੇਰੇ ਕੋਲ ਕੀ ਹੈਗਾ ਸੀ ਝਾਈ, ਕੁਛ ਵੀ ਨਹੀਂ ਹੈਗਾ, ਅਸੀਂ ਮਿਹਨਤ ਚੋਪੜਾ ਜੀ ਨੇ ਕੰਮ ਕੀਤਾ ਵਾ, ਮੈਂ ਜੋੜਿਆ ਵਾ ਹੈ ਅਤੇ ਚੀਜ਼ਾਂ ਬਣਾਈ, ਹੁਣ ਸੁੱਖ ਨਾਲ ਵੇਲਾ ਮਕਾਨ ਸਾਨੂੰ, ਉਹ ਵੀ ਟਾਈਮ ਹੈਗਾ ਸੀ ਇੱਕ ਕਮਰੇ 'ਚ ਰਹਿੰਦੀ ਸੀ ਨਾ ਮੈਂ, ਅਤੇ ਭੈਣ ਜੀ ਨੇ ਉਦੋਂ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਕਿ ਤੇਰੇ ਬੱਚੇ ਕਿ, ਮੇਰਾ ਸਾਹਿਲ ਜਦੋਂ ਹੋਇਆ ਸੀ, ਹੋਇਆ ਸੀ ਨਾ ਸਾਹਿਲ, ਅਤੇ ਭੈਣ ਜੀ ਉਦੋਂ ਸਿਰਫ 2 ਮਿੰਟ ਹੋਸਪਿਟਲ ਹੀ ਆਏ ਸੀ, ਅਤੇ ਕੋਈ ਕੱਪੜਾ ਲੱਤਾ ਨਹੀਂ ਸੀ ਮੇਰੇ ਮੁੰਡੇ ਦੇ ਕੋਲ, ਅਤੇ ਜੇ ਅੱਜ 2 ਚੀਜ਼ਾਂ ਆ ਗਈਆਂ ਮੈਂ, ਅਤੇ ਐਵੇਂ ਕਲਪੀ ਜਾਂਦੀ ਹੈ, ਕਲਪੀ ਜਾਂਦੀ ਪਈ ਹੈ, ਅਤੇ ਜੇ ਨੂੰਹ ਧੀ ਚੱਜ ਦੇ ਸਾਰਿਆਂ ਨੂੰ ਪੁੱਛਦੀ ਪਈ ਹੈ, ਚਾਹੀ ਸੱਚ ਪੁੱਛੇ ਨਾ, ਮੈਂ ਨਹੀਂ ਨੂੰਹ ਨੂੰ ਕਿਰਨ ਨੂੰ ਕਿਹਾ ਤੂੰ ਇਹ ਸਮਾਨ ਲੈ, ਭੈਣ ਜੀ ਦੇ ਮਨ 'ਚ ਫਿਰ ਉਹੋ ਜਿਹਾ ਵੇਰਵਾ, ਅਤੇ ਫਿਰ ਰਹਿਣ ਦੇਣਾ ਸੀ ਜਦੋਂ ਪਹਿਲਾਂ ਤੋਂ ਅੱਡ ਸੀ, ਇਹ ਸਾਰਾ ਸਿਆਪਾ ਹੀ ਚਾਹੀਦਾ ਹੋਇਆ, ਮੈਂ ਚਾਹੀ ਤੂੰ ਪਤਾ ਕੀ ਕਰ, ਤੂੰ ਸਾਨੂੰ ਅੱਡ ਕੀਤਾ ਨਾ, ਹੁਣ ਵੱਖਰੇ ਵੱਖਰੇ ਕਰਦੇ, ਆਡਰ ਪੈਣਾ ਵੱਖਰੇ ਵੱਖਰੇ, ਇੱਕੋ ਗੱਲ ਹੁੰਦੀ ਆ, ਇਹਨੇ ਉਦੋਂ ਦਵਾਈਆਂ ਦੇ ਕੇ ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਪਹਿਲਾਂ ਜਿਹੜੀ ਗੱਲ ਜੀ ਜੋ ਧੀਏ ਇਕੱਠਿਆਂ 'ਚ ਬਰਕਤ ਹੈ ਨਾ, ਮਕਾਨ ਵੀ ਲੈ ਝਾਈ, ਜਿਹੜਾ ਪਲਾਟ ਲਿੱਤਾ ਨਾ ਅਸੀਂ ਉੱਥੇ ਚਲੇ ਜਾਵਾਂਗੇ 6-7 ਮਹੀਨੇ ਵਾਸਤੇ ਨਾ, ਸਾਨੂੰ ਉੱਥੇ ਰਹਿਣ ਦੋ, ਚੱਲ ਭੈਣ ਤੇਰਾ ਢਿੱਡ ਭਰ ਜਾ, ਤੂੰ ਉਹਦੇ ਚ ਵੀ ਲੈ ਲੈ, ਚੱਲ ਸਾਨੂੰ ਕੁਛ ਨਾ ਦੇਵੋ, ਰੱਬ ਬੈਠਾ ਠਾਕੁਰ ਜੀ ਸਾਨੂੰ ਆਪੇ ਦੇਣਗੇ, ਚਾਹੀ ਤੂੰ ਆਉਂ ਕਰ, ਇੱਕੋ ਗੱਲ ਕਹਿ ਦਿਆ, ਚਾਹੀ ਤੂੰ ਇਕੱਲਾ ਤੂੰ ਮੁੱਲ ਨੀ ਖਰੀਦਿਆ, ਚਾਹੀ ਤੂੰ ਆਉਂ ਕਰ, ਇਹ ਮਕਾਨ ਕਹਿੰਦੀਆਂ ਨਾ, ਇਹ ਮਕਾਨ ਵੀ ਇਹਨੂੰ ਦੇ ਦੇ, ਪਲਾਟ ਵੀ ਇਹਨੂੰ ਦੇ ਦੇ, ਉਹਨਾਂ 6-7 ਮਹੀਨੇ ਦਾ ਸਾਨੂੰ ਟਾਈਮ ਦੇ ਦੇ, ਵੱਧ ਤੋਂ ਵੱਧ ਸਾਲ, ਘੱਟ ਤੋਂ ਘੱਟ 6-7 ਮਹੀਨੇ, ਜਦੋਂ ਸਾਡਾ ਬਣੇਗਾ ਨਾ ਮੈਂ ਆਪਣੇ ਬੱਚਿਆਂ ਲੈ ਕੇ ਚਲੀ ਜਾਵਾਂਗੀ, ਜਾ ਜਾ ਜਾ, ਠੀਕ ਹੈ ਝਾਈ, ਅੱਜ ਤੋਂ ਬਾਅਦ ਹੁਣੇ ਤੋਂ ਹੀ ਮੇਰੇ ਬੱਚੇ ਬਿਲਕੁਲ ਨਹੀਂ ਇਹਨੂੰ ਬੁਲਾਉਣਗੇ, ਬਿਲਕੁਲ ਨਹੀਂ ਬੁਲਾਉਣਾ, ਅਤੇ ਹਾਂ ਜੇ ਮੇਰੀ ਨੂੰਹ ਨਾ ਮੰਨੀ, ਜਾਂ ਉਹਨੂੰ ਉਹਦੇ ਨਾਲ ਮਿਲ ਵਰਤ ਲਵੇ, ਜਾਂ ਮੈਨੂੰ ਬੁਲਾ ਲਵੇ। ਅੱਛਾ ਤੂੰ ਤਾਂ ਸ਼ੁਰੂ ਤੋਂ ਇਹੋ ਹੀ ਚਾਹੁੰਦੀ ਸੀ, ਕੀ ਚਾਹੁੰਦੀ ਸੀ ਤੂੰ, ਇਹੋ ਹੀ ਚਾਹੁੰਦੀ, ਤੇਰੀ ਜ਼ਬਾਨ ਖੁਣੋ ਹੀ ਨਾ ਜਸਬੀਰ, ਪਹਿਲਾਂ ਮੈਂ ਤੈਨੂੰ ਭੈਣ ਜੀ ਕਹਿੰਦੀ ਸੀ, ਹੁਣ ਮੈਂ ਤੈਨੂੰ ਜਸਬੀਰ ਹੀ ਕਹਿਣਾ, ਜਸਬੀਰ
ਤੇਰੇ ਨੂੰ ਪੁੱਤਾ ਨਾ ਤੇਰੀ ਤੇ ਬਣੀ ਨਹੀਂ, ਤੇਰੀ ਜ਼ਬਾਨ ਖੁਨੋ, ਮੇਰੀ ਨੂੰ ਨਾ ਤੇ ਮੇਰੀ ਬਣਨ ਦੇ, ਅਗਲੇ ਮੇਰੀ ਸੇਵਾ ਕਰਦੇ ਪਏ ਸਭ ਕੁਝ, ਮੇਰੇ ਬੱਚੇ ਮੇਰੇ ਬਗੈਰ ਰਹਿੰਦੇ ਨੀ, ਤੇਰੇ ਪੁੱਤਰ ਤੈਨੂੰ ਪੁੱਛਣੇ ਤੱਕ ਨੀ ਹੈਗੇ, ਇੱਕ ਨੂੰ ਤੂੰ ਕਿਤੇ ਘਰ ਤੋੜ ਦਿੰਦੀ ਆ, ਇੱਕ ਨੂੰ ਤੂੰ ਕਿਤੇ ਤੋੜ ਦਿੰਦੀ ਆ, ਤੇ ਥੋੜੀ ਨਾ ਸਮਝ ਆ, ਸਿਆਣੀ ਬਣ ਨਾ, ਘਰ ਦੇ ਵਿੱਚ ਵਿਦ ਕਰੇ ਪਾ, ਚੱਲਣ ਦੇ ਜਿਸ ਤਰ੍ਹਾਂ ਚੱਲਦਾ ਪਏ ਤੂੰ ਨਾ ਸ਼ੁਰੂ ਤੋਂ ਬੱਚਿਆਂ ਨੂੰ ਸ਼ੁਰੂ ਤੋਂ ਅੰਦਰ ਵੜ ਕੇ ਆਪਣਿਆਂ ਨੂੰ ਕੱਢੀ ਰਹੀ ਆ, ਤਾਈ ਨੂੰ ਨਾ ਬੁਲਾਓ, ਉਹ ਤਾਂ ਬੱਚੇ ਹੀ ਚੰਗੇ, ਮੇਰਾ ਪਿਆਰ ਸੀ ਜਿਹੜੇ ਮੈਨੂੰ ਬੁਲਾਉਂਦੇ ਰਹੇ ਆ, ਸ਼ੁਕਰ ਕਿਤੇ ਬੱਚਿਆਂ ਦੀ ਤੇ ਤੂੰ ਗੱਲ ਕੀਤੀ, ਅੱਜ ਤੱਕ ਤੂੰ ਕੋਈ ਗੱਲ ਕਰਨੀ ਹੋਈ ਨਹੀਂ, ਛੱਡੋ ਪਰੇ ਕੀ ਤੁਸੀਂ ਲੜਨ ਡਈਆਂ ਜੇ, ਚਾਹੀਦਾ ਲੜਦੀ ਜਦੋਂ ਲੜਦੀ ਆ, ਸਿਆਣਾ ਨਹੀਂ ਤੂੰ, ਸ਼ੇਰ ਤੋਂ ਲੈ ਕੇ ਹਲੇ ਕੀ ਖਾ ਕੇ ਤੁਹਾਨੂੰ ਜੰਮਿਆ ਧੱਗਿਆ ਮਾਵਾਂ ਨੇ, ਹੈ ਇੰਨਾ ਬੋਲਦੀ ਆ ਇੰਨਾ ਬੋਲਦੀ ਆ, ਚੁੱਪ ਵੀ ਕਰ ਜਿਆ ਕਰੋ, ਇਹ ਨਹੀਂ ਚਾਹੀ ਚੁੱਪ ਹੋਣਾ ਨੇ, ਓਏ ਕਹਿਣਾ ਚਾਹੀ ਮੰਨੂ ਕਹਿੰਦੀ ਨਾ ਮੀਸਨੀ ਮੀਸਨੀ, ਇਹ ਸਭ ਤੋਂ ਜ਼ਿਆਦਾ ਤਗੜੀ ਮੀਸਨੀ ਹੈ, ਤੂੰ ਵੀ ਚੁੱਪ ਕਰ, ਮੈਂ ਭੁੰਕੀ ਆ, ਬੋਲੀ ਜਾਂਦੀ ਛੁਰੀਆਂ ਚਲਾਉਂਦੀ ਆ, ਆਪਣਾ ਘਰ ਆਪਣਾ ਘਰ ਪੱਕਾ ਰੱਖਿਆ ਹੈ ਇਹਨੇ, ਕਿਹੜੀ ਚੁੱਪ ਕਰ ਜਾ, ਨਹੀਂ ਬਣਾਈ ਹੋਈ ਮੇਰੀ ਪਹਿਲਾਂ, ਮੇਰੇ ਕੋਲ ਅੱਜ ਦੋ ਚੀਜ਼ਾਂ ਆਈਆਂ ਵਾ ਤੇ ਅਕਲ ਖਲੋਤੀ ਆ, ਲੈ ਮੇਰੀ ਗੱਲ, ਮੇਰੀਆਂ ਚੀਜ਼ਾਂ ਨੂੰ ਵੀ ਸੜਦੀ ਵੇਖੀ, ਇਹਦਾ ਮਤਲਬ ਤੂੰ ਸੜਦੀ ਆ, ਤੂੰ ਤੂੰ ਨੀ ਬਸ ਵੀ ਕਰੋ, ਮੇਰਾ ਦਿਮਾਗ ਫੇਰ ਹੋਣ ਲੱਗ ਪਿਆ ਕੇ ਤੇ ਸਾਰਾ ਸਮਾਨ ਮੰਗਵਾ ਲਿਆ, ਓ ਕੇ ਨੀ ਬਸ ਕਰੋ, ਨੀ ਬਸ ਕਰੋ, ਚੱਲ ਭੈਣ ਤੇਰੇ ਗਿਆ ਸੀ, ਚੁੱਪ ਕਰ ਜਾਓ, ਮੈਂ ਤੁਹਾਡੇ ਤੋਂ ਮੇਰੇ ਜੁੱਤੀ ਫੜ ਕੇ ਨਾ ਤੇਰੇ ਵੀ ਲਾਣੀ ਹੋ ਤੇ ਤੇਰੇ ਵੀ ਲਾਣੀ ਹੋ, ਹੈ ਆਪਣੇ ਫੈਸਲੇ ਤੁਸੀਂ ਆਪ ਹੀ ਕਰੀ ਜਾਂਦੇ, ਹਜੇ ਤੇ ਮੈਂ ਜਿੰਦੀ ਪਈ ਹਾਂ ਤੇ ਤੁਸੀਂ ਆਪਣੇ ਫੈਸਲੇ ਆਪ ਹੀ ਕਰੀ ਜਾਂਦੇ, ਬੰਦੇ ਨੂੰ ਆ ਲੈਂਦੇ ਫਿਰ ਹੀ ਹੈ ਨਾ, ਇਸ ਟਾਈਮ ਤੇ ਜਾਇਦਾਦ ਮੇਰੀ ਹੋ ਸਾਰੀ, ਤੁਸੀਂ ਕੀ ਕਰ ਲੋਗੇ ਦੋਵੇਂ ਜਣੀਆਂ, ਚੁੱਕ ਚੱਲ ਬੋਰੀ ਬਸਰ, ਤੂੰ ਵੀ ਆਪਣਾ ਚੁੱਕ ਤੇ ਤੂੰ ਵੀ ਚੁੱਕ, ਵੱਖਰੇ ਆਵੋ ਦੋਵੇਂ ਜਣੀਆਂ ਚੱਲੀਆਂ ਜਾਓ ਇੱਥੋਂ, ਹੁਣ ਕਰ ਲੈ ਗੱਲ ਸਹੀ ਰਹੀ ਹੈ, ਤੂੰ ਕਰ ਲਾ, ਤੂੰ ਕਰ, ਨਹੀਂ ਤੁਸੀਂ ਦੋਵੇਂ ਜਣੀਆਂ ਇੰਨਾ ਲੜਨ ਡਈਆਂ ਜੇ, ਚੱਲ ਤੂੰ ਵੀ ਆਪਣੇ ਕਮਰੇ 'ਚ ਜਾ ਤੇ ਤੂੰ ਵੀ ਕਮਰੇ 'ਚ ਜਾ, ਜਿਹੜੀ ਜਾਇਦਾਦ ਹੈਗੀ ਨਾ ਇਸ ਟਾਈਮ ਮੇਰੀ ਜਾਇਦਾਦ ਹੈਗੀ ਹੈ, ਮੇਰੇ ਪੁੱਤਰ ਨੇ ਮੇਰੇ ਬੰਦੇ ਨੇ ਕਮਾਈਆਂ ਕਰ ਕਰਕੇ ਅਤੇ ਇਹ ਮਹਿਲ ਖੜਾ ਕੀਤਾ, ਹੈਂ ਅੱਜ ਤੁਸੀਂ ਕਹਿ ਦਿੰਦੇ ਆ ਜੀ ਇਹ ਸਾਡੀ ਹੈ, ਤੁਹਾਡੀ ਕਿੱਥੋਂ ਆਈ, ਮੈਂ ਤੁਸੀਂ ਪੇਕਿਓ ਲਿਆਈਆਂ ਜੇ, ਜਾਂ ਇਹ ਪੇਕਿਓ ਲੈ ਕੇ ਆਈ ਹੈ, ਹੈਂ ਸਭ ਕੁਛ ਹੈਗਾ ਜਿੰਦੇ ਜੀ ਸਾਡਾ ਹੈਗਾ ਸਭ ਕੁਛ ਹੈ, ਹੈਂ ਤੁਸੀਂ ਭਰਾਵਾਂ ਭਰਾਵਾਂ ਵਿੱਚ ਵਾਪਸ ਹੀ ਜਵੰਡ ਪਾਉਣ ਡੀਆਂ ਜੇ, ਹੈਂ ਇੰਨੀ ਲੜਾਈ ਇੰਨੀ ਲੜਾਈ, ਮੇਰੇ 'ਤੇ ਤਾਂ ਇੰਨਾ ਦਿਮਾਗ ਪੀੜ ਹੋਣ ਲੱਗ ਪਿਆ, ਮੈਨੂੰ ਬੁੱਢੀ ਹੋ ਕੇ ਇੰਨਾ ਮੈਨੂੰ ਕੁਛ ਬੋਲਣਾ ਪੈਣ ਡਿਆ, ਤੁਹਾਡੇ ਹੁੰਦਿਆਂ ਦੱਸ ਮੇਰਾ ਆਪਣਾ ਦਿਮਾਗ ਤਬਲ, ਚੱਲ ਚੱਲ ਤੂੰ ਵੀ ਆਪਣੇ ਕਮਰੇ, ਚੱਲ ਉੱਠ ਤੂੰ ਵੀ ਆਪਣੇ ਕਮਰੇ 'ਚ ਚੱਲ ਜਾ, ਦੋਵਾਂ ਨੂੰ ਤਾਂ ਇੰਨੀ ਸ਼ਰਮ ਨਹੀਂ ਆਈ ਜੇ ਮੇਰੇ ਰਿਸ਼ਤੇਦਾਰਾਂ ਵਿੱਚ ਵਿਆਹ ਆ ਗਿਆ, ਹੈਂ ਅਤੇ ਤੂੰ ਕਹਿੰਦੀ ਹੈ ਤੂੰ ਕਰ ਅਤੇ ਉਹ ਕਹਿੰਦੀ ਹੈ ਤੂੰ ਕਰ, ਹੈਂ ਅਤੇ ਜਿਹੜੀ ਮੇਰੀ ਪੋਤਰੀ ਨੂੰਹ ਹੈਗੀ ਹੈ ਉਹਦੇ ਸ਼ਾਬਾ 'ਚ ਉਹਨੇ ਹੀ ਮੈਨੂੰ ਸਭ ਕੁਛ ਕੱਪੜਾ ਲੀੜਾ ਸਭ ਕੁਛ ਲਿਆ ਕੇ ਦਿੱਤਾ ਵਾ, ਤੁਹਾਨੂੰ ਪਰ ਦੋਵਾਂ ਨੂੰ ਸ਼ਰਮ ਨਾ ਆਈ, ਨਾ ਤੈਨੂੰ ਆਈ ਅਤੇ ਨਾ ਅਨੂ ਆਈ, ਮੈਂ ਵੇਖ ਜਾ ਕੇ ਵਿਆਹ ਵੇਖ ਕਿੱਡੇ ਕਿੱਡੇ ਸੋਹਣਾ ਮੈਨੂੰ ਕੁਛ ਸਭ ਕੁਛ ਲਿਆ ਲਿਓ ਕੇ ਦਿੱਤਾ ਵਾ, ਮੈਂ ਦੱਸਾਂ, ਹੈਂ ਤੂੰ ਜੇ ਆਪਸ 'ਚ ਵੀ ਜੇ ਮਰ ਮਰ ਲੜ ਲੜ ਮਰ ਮਰ ਜਾਂਦੀਆਂ ਜੇ, ਚੱਲ ਜਾ ਆਪਣੇ ਕਮਰੇ ਤੂੰ ਜਾ ਤੇ ਤੂੰ ਵੀ ਜਾ, ਕਿੰਨਾ ਇਹਨਾਂ ਨੇ ਸਹੀ ਦਾ ਰੋਲਾ ਪਾਇਆ ਹੋਇਆ ਵੈ, ਹੈਂ ਲੋਕ ਸੁਣਨ ਡੇ ਨੇ, ਲੋਕ ਕੀ ਕਹਿਣ ਡੇ ਆਣ ਗਵਾਂਢ, ਹੈਂ ਤੁਹਾਨੂੰ ਤੁਹਾਨੂੰ ਕਿਤੇ ਮਸਾ ਕਿਤੇ ਸ਼ਰਮ ਨਹੀਂ ਹੈਗੀ, ਹੈਂ ਲੋਕ ਲੜਾਈ ਸੁਣ ਕੇ ਸਾਡੇ ਘਰ ਆਉਂਦੇ ਨੇ, ਹੈਂ ਵੀ ਭੈਣਾਂ ਕੀ ਗੱਲ ਹੋਈ ਕੀ ਗੱਲ ਹੋਈ ਹੈ, ਅਤੇ ਦੱਸੋ ਮੈਂ ਕਿੰਨੇ ਕਿੰਨੇ ਪੜਦੇ ਤੁਹਾਡੇ ਵਿੱਚ ਪਾਵਾਂ, ਹੈਂ ਇਹ ਤੇਰਾ ਪਾਵਾਂਗੇ ਉਹਦਾ ਪਾਵਾਂ, ਮੈਨੂੰ ਤਾਂ ਆਪ ਮੈਨੂੰ ਤਾਂ ਆਪ ਸ਼ਰਮ ਆਉਣ ਡਈ ਹੈ, ਮੈਂ ਕੀ ਲੋਕਾਂ ਨੂੰ ਦਿਖਾਵਾਂ, ਇੱਕ ਸਾਡੇ ਘਰ 'ਚ ਇੱਕ ਮਾਸਾ ਵਿਆਹ ਕੀ ਆ ਗਿਆ, ਪਸੂੜੀ ਪਈ ਹੋਈ ਹੈ, ਉਹ ਕਹਿੰਦੀ ਤੂੰ ਕਰ ਉਹ ਕਹਿੰਦੀ ਤੂੰ ਕਰ, ਧੰਨ ਮੇਰੀ ਪੋਤਰੇ ਨੂੰ ਜਿਹੜੀ ਵਿਚਾਰੀ ਨੇ ਮੈਨੂੰ ਸਭ ਕੁਛ ਲਿਆ ਕੇ ਦਿੱਤਾ, ਮੈਂ ਕਹਿੰਦੀ ਹਾਂ ਐਡੀ ਕਰਮਾਂ ਵਾਲੀ ਆਈ ਐਡੀ ਕਰਮਾਂ ਵਾਲੀ ਆਈ ਹੈ, ਜੋ ਮੈਂ ਕਹਿੰਦੀ ਹਾਂ ਕਰਦੀ ਹਾਂ, ਹੈ ਸਭ ਕੁਛ ਕੱਪੜਾ ਲੀੜਾ, ਹਜੇ ਵੀ ਮੈਨੂੰ ਕਹਿੰਦੀ ਹੈ ਦਾਦੀ ਜੇ ਕੁਛ ਹੋਰ ਕੋਈ ਚਾਹੀਦਾ ਤਾਂ ਕੋਈ ਗੱਲ ਨਹੀਂ ਹੈਗੀ, ਹੈ ਅਤੇ ਮੈਂ ਕਿਹਾ ਚੱਲ ਧੀ ਹੈ ਕੋਈ ਗੱਲ ਨਹੀਂ ਹੈ, ਅਤੇ ਇਹਨਾਂ ਨੂੰ ਵੀ ਇਹਨਾਂ ਨੂੰ ਨਾ ਮੇਰਾ ਜੀ ਕਰਦੇ ਨਾ ਇਹਨਾਂ ਦੋਵਾਂ ਨੂੰ ਨਾ ਚਿੱਤਰ ਇੱਕ ਲਾਵਾਂ,
ਕੀ ਚੱਕਰ ਆ ਯਾਰ ਇਹਨਾਂ ਦਾ, ਇਹਨਾਂ ਦੀ ਤੇ ਕਦੀ ਲੜਾਈ ਨਹੀਂ ਖਤਮ ਹੁੰਦੀ। ਮੈਂ ਤੇ ਅੱਕ ਗਈ ਆ ਸੱਚੀ ਇਹਨਾਂ ਦੋਵਾਂ ਦੀ ਲੜਾਈ ਦੇ ਉੱਤੋਂ, ਕੋਈ ਹਾਲ ਨਹੀਂ ਇਹਨਾਂ ਦਾ। ਕਦੀ ਮਾਂ ਵੀ ਕਦੀ ਵਿਦਕਰੇ ਕਰਦੀ ਆ, ਹੈ ਉਹ ਕੋਈ ਪੁੱਤਰ ਸੀ ਜਿਹੜੇ ਵੇਖੋ ਇੱਕੋ ਵਿਹੜੇ ਦੇ ਵਿੱਚ ਖੇਡਦੇ ਸੀ, ਹੈ ਹੱਸਦੇ ਸੀ ਖੇਡਦੇ ਸੀ, ਤੇ ਹੁਣ ਹੁਣ ਕਿੱਥੇ ਕੀ ਕਹਿਣਾ ਭੁੱਲ ਜਾਂਦਾ। ਜਦੋਂ ਦੇ ਵੱਡੇ ਹੋਏ ਨੇ ਸਭ ਕੁਛ ਹੋਇਆ, ਇਹਨਾਂ ਨੂੰ ਮੈਂ ਪਾਲਿਆ ਪੋਸਿਆ ਸਭ ਕੁਛ ਇਹਨਾਂ ਦਾ ਕੀਤਾ। ਭੈਣ ਜੀ ਉਹ ਕੰਮ ਵਾਲੀ ਪੈਸੇ ਮੈਂ ਭੈਣ ਜੀ ਤੁਹਾਡੇ ਨਾਲ ਮੈਂ ਇੱਕ ਗੱਲ ਕਰ ਰਹੀ। ਅੱਛਾ ਅੱਛਾ।